ਜ਼ਿਲ੍ਹਾ ਬਟਾਲਾ ਦੀ ਭਾਈਆਂ ਵਾਲੀ ਗਲੀ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦਿਨ ਦਿਹਾੜੇ ਨੌਜਵਾਨਾਂ ਦੀਆਂ ਦੋ ਧੜਿਆਂ ਵਿਚਕਾਰ ਗੋਲੀਆਂ ਚੱਲਣ ਦਾ ਮਾਮਲਾ ਆਇਆ ਹੈ, ਜਿਸ ਵਿੱਚ ਇੱਕ ਧਿਰ ਦਾ ਯੋਧਾ ਨਾਮ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਅਤੇ ਰਾਹੁਲ ਦਾਤਰ ਨਾਮ ਦਾ ਨੌਜਵਾਨ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ। ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਰਿਹਾਇਸ਼ੀ ਇਲਾਕੇ ਦੀ ਇਸ ਗਲੀ ਵਿੱਚ ਸਹਿਮ ਦਾ ਮਾਹੌਲ ਦਿਖਾਈ ਦਿੱਤਾ। ਉੱਥੇ ਹੀ ਆਮ ਲੋਕਾਂ ਦਾ ਕਹਿਣਾ ਸੀ ਕਿ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਬਾਹਰ ਆ ਕੇ ਜਦ ਦੇਖਿਆ ਤੇ ਦੋ ਨੌਜਵਾਨ ਜ਼ਖਮੀ ਹਾਲਤ ਵਿੱਚ ਗਲੀ ਵਿੱਚ ਪਏ ਨਜ਼ਰ ਆਏ ਅਤੇ ਉਹਨਾਂ ਦੇ ਸਾਥੀ ਹੀ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਆਪਣੇ ਨਾਲ ਲੈ ਕੇ ਚਲੇ ਗਏ। ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਹੈ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਦੋ ਨੌਜਵਾਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ, ਜਿਸ ਵਿੱਚੋਂ ਯੋਧਾ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰਾ ਰਾਹੁਲ ਦਾਤਰ ਗੰਭੀਰ ਜ਼ਖਮੀ ਸੀ, ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਆਰ ਡੀ ਰਾਮਾ ਦਈ, ਵਿਸ਼ੇਸ਼ ਰਿਪੋਰਟ। ਤਿੰਨ ਕਦੇ ਲਗਭਗ ਬਾਹਰ ਦੇਖਿਆ ਤੇ ਦੋ ਕੁ ਜਣੇ ਪਏ ਸੀ, ਉਹਨਾਂ ਵੱਜੇ ਜ਼ਖਮੀ, ਦੋਵੇਂ ਪਏ ਸੀ, ਲਹੂ ਲੂ ਵਗਿਆ ਸੀ ਉਹਨਾਂ ਦੇ ਬਸ, ਉਹਨਾਂ ਦੇ ਬੰਦੇ ਲੈ ਗਏ ਸੀ, ਉਹਨਾਂ ਦੇ ਬੰਦੇ ਲੈ ਗਏ, ਇਹ ਨਹੀਂ ਪਤਾ ਕੌਣ ਹੈ। ਕੁਛ ਨਹੀਂ, ਮੇਰੀ ਫੈਕਟਰੀ ਭਾਅ ਜੀ ਲੱਗੇ ਸ਼ੇਰੇ ਪੰਜਾਬ, ਅਤੇ ਮੈਨੂੰ ਵਾਰਡ 'ਚ ਵੀ ਕਿਸੇ ਦੀ ਕਾਲ ਆਈ ਕਿ ਭਾਅ ਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ, ਅਤੇ ਮੈਂ ਜਦੋਂ ਇੱਥੇ ਆਇਆ ਅਤੇ ਉਨੀ ਦੇਰ ਨੂੰ ਇੱਥੋਂ ਮੇਰੇ ਖਿਆਲ ਲੈ ਗਏ ਸੀ ਉਹਨਾਂ ਨੂੰ, ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ, ਇੱਕ ਕੋਈ ਯੋਧਾ ਵਾ, ਉਹਨਾਂ ਨੂੰ ਗੋਲੀ ਗਲੀਆਂ ਮਾਰੀਆਂ ਉਹਨਾਂ ਨੂੰ। ਸੁਣਨ 'ਚ ਤਾਂ ਇਹ ਆ ਤਿੰਨ ਚਾਰ ਜਾਣੇ ਸੀ, ਗੋਲੀਆਂ ਮਾਰ ਕੇ ਸਿੱਧੀਆਂ ਗਾਂਹ ਗਏ, ਕਿ ਹੁਣ ਜ਼ਿਆਦਾ ਇਹ ਪੁੱਛ ਪੜਤਾਲ ਕਰਨ ਦੇ ਜ਼ਿਆਦਾ ਪਤਾ ਲੱਗੂਗਾ, ਕਰ ਰਹੇ ਚੱਲ ਰਹੀ ਹੈ ਗੱਲ। ਸਰ ਝਗੜਾ ਹੀ ਹੋਇਆ ਵਾ, ਮਤਲਬ ਆਪਸ ਵਿੱਚ, ਮੇਰਾ ਬ੍ਰਦਰ ਹੀ ਤੇ ਮੁੰਡੇ, ਉਹ ਨਾ ਘਰੋਂ ਉੱਠ ਕੇ ਗਿਆ ਵਾ ਉਧਰੋਂ, ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ, ਤੇ ਪਹਿਲੇ ਤੇ ਚਾਰ ਪੰਜ ਮੁੰਡੇ ਸੀ, ਫਿਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ, ਉਹ ਤੇ ਦੌੜ ਗਿਆ ਇੱਥੋਂ ਤੇ ਦੌੜ ਗਿਆ ਜਾਨ ਬਚਾ ਕੇ, ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ, ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ, ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਗਏ, ਘੁਲਣ ਲੱਗ ਗਏ ਆਪਸ ਵਿੱਚ, ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਉਹਨੂੰ ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋਲ ਪਿਸਟਲ ਖੋਹ ਲਿਆ, ਪਿਸਟਲ ਖੋਹ ਕੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ, ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰਿਓ, ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਸੀ ਗੋਲੀ ਚਲਾਉਣ, ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ, ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀ ਦੀ ਹੈ ਦਾਤਰ ਨੇ, ਤੇ ਉਹ ਆਉਂਦੇ ਨੇ ਬਾਅਦ ਵਿੱਚ, ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਂ ਵੀ ਕੱਢਦੇ ਆ ਕਾਫੀ, ਮੈਂ ਤੇ ਗਈ ਸੀ ਦਫ਼ਤਰ, ਮੈਂ ਦਫ਼ਤਰ ਤੋਂ ਆਈ ਆ ਜਦੋਂ, ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜ ਭੰਨ ਕਰ ਗਏ ਆ, ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ, ਕੁਛ ਨਹੀਂ ਛੱਡ ਕੇ ਗਏ, ਮੰਮੀ ਹੁਣੀ ਘਰ ਨਹੀਂ ਸੀ ਹੈਗੇ, ਡੈਡੀ ਵੀ ਹੈ ਨਹੀਂ ਘਰ, ਤੇ ਸਾਡੀ ਕੁੱਤੀ ਸੀ ਘਰ, ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕੇ। ਕਿੰਨੇ ਕੁ ਹੋਣੇ? ਕੋਈ 20-25 ਨੌਜਵਾਨ। ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾੜੇ ਸੀ, ਉਹ ਵੇਲੇ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ, ਮੈਂ ਆ ਕੇ ਅਚਾਨਕ ਵੇਖਿਆ, ਮੈਂ ਲੈ ਕੇ ਗਈ ਆ ਉਹਨੂੰ, ਤੇ ਉਹਦੇ ਟਾਂਕੇ ਲੱਗੇ, 5 ਟਾਂਕੇ ਲੱਗੇ ਆ, ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈਗੀ। ਘਰ 'ਚ ਕੋਈ ਨਹੀਂ, ਸਿਰਫ ਕੁੱਤਾ ਹੀ ਹੁੰਦਾ, ਤੇ ਤੁਹਾਨੂੰ ਪਤਾ ਹੀ ਜੇ ਕੁੱਤੇ ਨੂੰ ਨੀ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਸੀ। ਮੰਗ ਇਹੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ, ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਆ, ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕਿ ਉਹਦਾ ਕੋਈ ਪਿਸਟਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰ ਦੇਣਾ ਸੀ,
ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਹੈ। ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ, ਪਰ ਨਜਾਇਜ਼ ਨਾ ਕੀਤੀ ਜਾਏ ਕਿ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਜਦੋਂ ਵੀ ਸਾਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ। ਮਾਮਲਾ ਤੁਸੀਂ ਮੇਰੇ ਨਾਲ ਹੀ ਜੀ, ਆਪਾਂ ਭਾਈ ਵਾਲੀ ਗਲੀ ਤੋਂ ਇਕੱਠੇ ਉੱਥੋਂ ਆਏ ਹਾਂ, ਮੌਕਾ ਵੇਖ ਕੇ ਆਏ ਹਾਂ ਜੀ। ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹੋਸਪਿਟਲ ਆਏ ਹਾਂ। ਇੱਕ ਯੁੱਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹਦੀ ਮੌਤ ਹੋ ਗਈ, ਇੱਥੇ ਮੌਕੇ 'ਤੇ ਬਲੱਡ ਡੈਡ ਹੋ ਗਿਆ। ਦੂਜਾ ਜਿਹੜਾ ਰਾਹੁਲ ਦੱਤਰ ਆ ਉਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ, ਅਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਫਤੀਸ਼ ਕਰ ਰਹੇ ਹਾਂ, ਪਤਾ ਕਰਦੇ ਹਾਂ ਕਿਹੜੇ ਗਰੁੱਪ ਨੇ ਗੋਲੀਆਂ ਚੱਲੀਆਂ, ਕੀ ਇਹਨਾਂ ਦੀ ਲਾਗਤ ਹੈਗੀ। ਸਰ ਜਾਣਕਾਰੀ ਸਾਹਮਣੇ ਕਿੰਨੀ ਫਾਇਰ ਹੋਈ? ਅਜੇ ਮੌਕੇ ਤੋਂ ਖੋਲੀ ਪਤਾ ਮਿਲਿਆ ਜੀ, ਅਸੀਂ ਉੱਥੋਂ ਬਾਅਦ ਵੈਰੀਫਾਈ ਕਰ ਰਹੇ ਹਾਂ। ਮਹੱਲਾ ਵਾਸੀਆਂ ਨੂੰ ਜਾਣਕਾਰੀ ਦਿੱਤੀ ਉੱਥੇ? ਕੁਛ ਨਹੀਂ ਪੁੱਛਿਆ ਜੀ, ਸਾਰਿਆਂ ਨੂੰ ਕਿਸੇ ਨੇ ਕੋਈ ਤਲਾਕ ਨਹੀਂ ਦਿੱਤੀ। ਜਿਹੜੇ ਮਰਨ ਵਾਲੇ ਆ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ? ਗਾਂਧੀ ਕੈਂਪ ਦੇ। ਇਹ ਕਿੱਥੇ ਹੋਈ ਹੈ ਬਾਤ? ਭਾਈਆਂ ਵਾਲੀ ਗਲੀ 'ਚ। ਦੂਜੇ ਦਾ ਜੀ ਵੈਰੀਫਾਈ ਕਰ ਰਹੇ ਹਾਂ ਜੀ, ਅਜੇ ਹੋਇਆ ਨਹੀਂ, ਕਲੀਅਰ ਹੀ ਹੋਇਆ। ਅੱਜ ਉਹ ਜਿਹੜਾ ਵਾਰਦਾਤ ਹੋਈ ਆ ਉਹਦੇ ਸੰਬੰਧ 'ਚ ਦੋ ਪਾਰਟੀਆਂ ਉਹਨਾਂ ਨੇ ਜਿਹੜਾ ਸਾਭੀ ਇੱਕ ਦੂਜੀ ਧਿਰ ਵਾਲਾ ਉਹਦੇ ਘਰ ਭੰਨਤੋੜ ਕੀਤੀ ਹੈ। ਘਰ ਕੋਈ ਹੈ ਨਹੀਂ ਸੀ, ਕਾਫੀ ਭੰਨਤੋੜ ਅੰਦਰ ਵੀ ਗੇਟ ਦੀ ਕਰਕੇ ਗਏ। ਕੀ ਕਾਰਵਾਈ ਕੀਤੀ ਜਾਏ? ਪਰਚਾ ਦਰਜ ਹੋਊਗਾ ਜੀ, ਚੱਲ ਰਹੀ ਤਫਤੀਸ਼, ਤਫਤੀਸ਼ 'ਤੇ ਪ੍ਰੋਪਰ ਜਿਹੜੀ ਜੋ ਜੋ ਅਮਲ ਲਿਆਂਦੀ ਜਾਊਗੀ, ਜੋ ਸਾਹਮਣੇ ਆਊਗਾ, ਜੋ ਜੋ ਵੀ ਤਫਤੀਸ਼ ਦੇ ਪਾਠ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਡਨ ਕੀਤਾ ਜਾਊਗਾ। ਪਤਾ ਚੱਲ ਸਕਿਆ ਕਿੰਨੇ ਨੌਜਵਾਨ ਸੀ ਤੇ ਕਿਹੜੇ ਹਥਿਆਰਾਂ ਲੈ ਸਕਦੇ ਦੱਸਿਆ ਉਹਨਾਂ ਨੇ? ਜਿਸ ਤਫਤੀਸ਼ ਦਾ ਪਾਠ ਹੈ ਜੀ, ਸਾਰਾ ਕਲੀਅਰ ਕਰਾਂਗੇ ਵੀ ਕੌਣ ਕੌਣ ਸੀ ਕੌਣ ਨਹੀਂ ਸੀ, ਪਰ ਜੋ ਵੀ ਉਹਦੇ 'ਚ ਆਊਗਾ ਉਹ ਬਕਾਇਦਾ ਉਹਦੇ 'ਤੇ ਕਾਨੂੰਨੀ ਕਾਰਵਾਈ। ਸਰ ਐਸੀਆਂ ਵਾਰਦਾਤਾਂ ਜਦੋਂ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਪੰਜਾਬ ਭਰ ਦੇ ਵਿੱਚ, ਇੱਦਾਂ ਹੁੰਦਾ ਵਾ ਲੋਕ ਮੂਹਰੇ ਹੋ ਕੇ ਬੋਲਦੇ ਨੇ, ਬਹੁਤ ਪਿੱਛੋਂ ਦੱਸਣਗੇ ਕਿ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਪਰ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਦੇ ਹੱਥ ਉਸ ਨੂੰ ਵੀ ਕੁਛ ਨਹੀਂ ਆਉਂਦਾ ਸੀਸੀਟੀਵੀ ਤੋਂ ਇਲਾਵਾ। ਇਹ ਤਾਂ ਤੁਹਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਜਿੱਦਣ ਆਪਦੇ ਪੈਰਾਂ 'ਚ ਆ ਕੇ ਅੱਗ ਲੱਗਦੀ ਹੈ ਉਦੋਂ ਜੋ ਟੱਪਣਾ, ਜਦ ਦੂਜੇ ਦੇ ਪੈਰਾਂ 'ਤੇ ਲੱਗਦੀ ਹੈ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ? ਕ੍ਰਾਈਮ ਦੇ ਅਗੇਂਸਟ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਕਿਤੇ ਕਿਸੇ ਕਿਸਮ ਦਾ ਵੀ ਹੈ, ਚਾਹੇ ਕੋਈ ਨਸ਼ੇ ਦਾ, ਚਾਹੇ ਕੋਈ ਇਹੋ ਜਿਹਾ ਕੁੱਟਮਾਰ ਦਾ, ਕੋਈ ਹੀ ਨਹੀਂ ਇਸ ਕ੍ਰਾਈਮ ਹੈ, ਐਟਲੀਸਟ ਮਾੜੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਾਂਗੇ, ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਇਕੱਲਾ ਤਾਂ ਫਿਰ ਉਹ ਇਕੱਲਾ ਹੀ ਆ, ਉਹ ਹਰ ਕਿਸੇ ਦਾ ਹੀ ਇਕੱਲਾ। ਜਦੋਂ ਪਤਾ ਕਿ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ, ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜ੍ਹੇ ਹੋ ਜਾਂਦੇ ਆ, ਅਤੇ ਫਿਰ ਆਪਣੇ ਆਪ ਹੀ ਮਾੜੇ ਆਂਸਰ ਬੈਠ। ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਜੀ, ਇੱਕ ਸਾਡੇ ਕੋਲ ਬਰੋਡ ਡੈਡ ਆਇਆ ਜੀ, ਅਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ, ਮਤਲਬ ਜਿਹੜਾ ਬਰੋਡ ਡੈਡ ਆਇਆ ਉਹ ਵੀ ਇੰਜਰਡ ਸੀ ਪਹਿਲਾਂ, ਫਿਰ ਉਹ ਬਰੋਡ ਡੈਡ ਸਾਡੇ ਕੋਲ ਆਇਆ। ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ? ਅਸੋਲਟ ਦੀ ਹਿਸਟਰੀ ਲੱਗ ਰਹੀ ਆ, ਹਿਸਟਰੀ ਤਾਂ ਦੇ ਰਹੇ ਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ, ਬਾਕੀ ਜਿਹੜੀ ਕਨਫਰਮੇਸ਼ਨ ਹੈ ਉਹ ਤਾਂ ਪੋਸਟਮਾਰਟਮ ਹੋਏਗਾ, ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ। ਕਿੰਨੇ ਦੋ ਜੀ? ਜਿਹੜਾ ਮਰਨ ਵਾਲਾ ਜੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਯੋਧਾ, ਯੋਧਾ ਜੀ ਉਹਦਾ ਨਾਂ। ਇੰਜਰਡ ਆ ਉਹਦਾ ਨਾਂ ਜੀ ਕਮਲਜੀਤ ਸਿੰਘ। ਇਹਨੂੰ ਰੈਫਰ ਕੀਤਾ? ਹਾਂਜੀ ਰੈਫਰ ਕੀਤਾ ਹਾਇਰ ਸੈਕੰਡਰੀ।